ਕਿਸੇ ਨੂੰ ਅੰਦਰੋਂ ਹੱਥ ਦੇ ਕੇ ਬੁਲਾਉਂਦਾ ਵੀ ਪਿਆ ਦੇਖੋ ਜੀ ਧਿਆਨ ਨਾਲ ਮੜਿਆ ਪਿੱਛੇ ਕਰੀ ਇਸ਼ਾਰਾ ਕੀਤਾ ਭਾਜੀ ਮੜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਲੁਧਿਆਣਾ ਸ਼ਹਿਰ ਚ ਦਿਨ ਦਿਹਾੜੇ ਦੁਪਹਿਰੀ 2:30 ਵਜੇ ਮਾਡਲ ਟਾਊਨ ਐਕਸਟੈਂਸ਼ਨ ਏ ਬਲਾਕ ਜੋ ਕਿ ਬਹੁਤ ਹੀ ਪੌਸ਼ ਇਲਾਕਾ ਲੁਧਿਆਣੇ ਦਾ ਉੱਥੇ ਬੱਚਾ ਚੱਕਣ ਵਾਲੇ ਗਰੋਹ ਦਾ ਇੱਕ ਬੰਦਾ ਆਇਆ ਉਹਨੇ ਇੱਕ ਘਰ ਚ ਲਗਾਤਾਰ ਦਰਵਾਜ਼ਾ ਖੜਕਾਇਆ ਬੱਚਾ ਪੋਰਚ ਵਿੱਚ ਖੇਡ ਰਿਹਾ ਸੀ ਜਦੋਂ ਉੱਥੇ ਕੰਮ ਕਰਦੀ ਕੁੜੀ ਉਹਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਹਨੇ ਹੋਰ ਜ਼ਿਆਦਾ ਜ਼ੋਰ ਜ਼ੋਰ ਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਤਾ ਉਹ ਗਵਾਂਢੀਆਂ ਨੂੰ ਪਤਾ ਲੱਗ ਗਿਆ ਤੇ ਗਵਾਂਢੀਆਂ ਰੌਲਾ ਉਲਾ ਪਾਇਆ ਤੇ ਉਹ ਉੱਥੋਂ ਭੱਜ ਗਿਆ ਹੱਥ ਨਹੀਂ ਆਇਆ ਕਿਸੇ ਦੇ ਵੀਰੋ ਪੰਜਾਬ ਦੇ ਹਾਲਾਤ ਇੱਥੇ ਦਾ ਲਾਅ ਐਂਡ ਆਰਡਰ ਐਡਾ ਵੱਡਾ ਫੇਲੀਅਰ ਹੈ ਵੀ ਬਿਹਾਰ ਨਾਲੋਂ ਬੱਤਰ ਹੁੰਦਾ ਜਾ ਰਿਹਾ ਇੱਥੇ ਕੰਮ ਕਦੀ ਕਿਸੇ ਸ਼ਹਿਰ ਤੋਂ ਕਦੀ ਕਿਸੇ ਇਲਾਕੇ ਤੋਂ ਖਬਰ ਆਉਂਦੀ ਹੈ ਬਈ ਬੱਚਾ ਚੱਕਿਆ ਗਿਆ ਜੀ ਬੱਚਾ ਚੱਕਣ ਵਾਲਾ ਬੰਦਾ ਫੜਿਆ ਗਿਆ ਆਪਾਂ ਕਿਹੜੀ ਸੁਸਾਇਟੀ ਚ ਕਿਹੜੀ ਸਰਕਾਰ ਥੱਲੇ ਰਹਿ ਰਹੇ ਬਈ ਇੱਥੇ ਦੀ ਸਰਕਾਰ ਨੂੰ ਘੁੰਮਣ ਫਿਰਨ ਹਿਮਾਚਲ ਦੀ ਵਾਦੀਆਂ ਚੋਂ ਥੱਲੇ ਆਉਣ ਦੀ ਤਾਂ ਫੁਰਸਤ ਹੈ ਨਹੀਂ ਗੀ ਤੇ ਇੱਥੇ ਲਾਅ ਐਂਡ ਆਰਡਰ ਕੀ ਕਰੇਗਾ ਵੀਰੋ ਸਾਰਿਆਂ ਨੂੰ ਬੇਨਤੀ ਹੈ ਆਪਣੇ ਘਰੇ ਸਾਰੇ ਪਰਿਵਾਰ ਦੀ ਲੇਡੀਜ਼ ਨੂੰ ਈਵਨ ਸਰਵੈਂਟਸ ਦੀ ਆਈਡੈਂਟੀਫਿਕੇਸ਼ਨ ਦਿਓ ਤੇ ਲੇਡੀਜ਼ ਨੂੰ ਤੇ ਬੱਚਿਆਂ ਨੂੰ ਸਮਝਾਓ ਬਈ ਕੋਈ ਅਨਨੋਨ ਆ ਜੇ ਨਹੀਂ ਦਰਵਾਜ਼ਾ ਖੋਲਣਾ ਇਹ ਮੈਂ ਹੁਣੇ ਹੁਣੇ ਉਧਰੋਂ ਆ ਰਿਹਾ ਇਲਾਕੇ ਚੋਂ ਮੈਨੂੰ ਇਲਾਕੇ ਚੋਂ ਫੋਨ ਆਇਆ ਵੀ ਇਦਾਂ ਦੀ ਘਟਨਾ ਹੋਈ ਹੈ ਮੈਂ ਉੱਥੇ ਤੁਰੰਤ ਪਹੁੰਚਿਆ ਹੁਣ ਵਾਪਸੀ ਤੇ ਉੱਥੇ ਪੁਲਿਸ ਆਈ ਐਸਐਚਓ ਨੇ ਉਹ ਵਾਅਦਾ ਵੀ ਕੀਤਾ ਵੀ ਅਸੀਂ ਪੈਟਰੋਲਿੰਗ ਵੀ ਵਧਾਵਾਂਗੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਈਵਨ ਹੁਣੇ ਐਫਆਈਆਰ ਵੀ ਦਰਜ ਕਰ ਦਿੰਨੇ ਆ ਅਨਨੋਨ ਬੰਦੇ ਤੇ ਪਰ ਇਹ ਕਦੋਂ ਤੱਕ ਹੋਏਗਾ ਇਹ ਪਲੀਜ਼ ਪ੍ਰੀਵੈਂਸ਼ਨ ਚੰਗੀ ਗੱਲ ਹੈ ਆਪਾਂ ਲੋਕ ਘਰ ਦੇ ਦਰਵਾਜ਼ੇ ਬੰਦ ਰੱਖੀਏ ਅਨਨੋਨ ਬੰਦੇ ਨੂੰ ਨਾ ਖੋਲੀਏ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਸੇਫਟੀ ਨਾਲ ਚੱਲੋ ਸਾਰਿਆਂ ਦੇ ਪਰਿਵਾਰਾਂ 'ਚ ਆਪਣੇ 'ਚ ਕਹਿ ਦਿਓ ਲੇਡੀਜ਼ ਪਿੱਛੇ ਕੱਲੀਆਂ ਹੁੰਦੀਆਂ ਆਪਾਂ ਲੋਕ ਕੰਮ ਤੇ ਹੁੰਦੇ ਆ ਜੈਂਟਸ ਕਈ ਵਾਰੀ ਤੇ ਇਸ ਚੀਜ਼ ਦਾ ਧਿਆਨ ਰੱਖਣ ਇੰਨੀ ਬੇਨਤੀ ਲਾਣੀ ਸੀ ਜੀ ਬਹੁਤ ਬਹੁਤ ਧੰਨਵਾਦ ਫਿਰ ਮੈਂ ਗੇਟ ਤੇ ਨਹੀਂ ਸੀ ਹੈਗਾ ਮੈਂ ਕਰਤਾ ਪਰ ਤੁਸੀਂ ਤਾਂ ਮੈਂ ਤੁਹਾਨੂੰ ਅੱਜ ਦੇਖੋ ਆਪਾਂ ਪੈਸੇ ਨਹੀਂ ਮੈਂ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਜੀ ਆਇਆਂ ਨੂੰ ਫੋਨ ਆਇਆ ਸਕੂਲ ਨੇ ਇੱਕ ਮਿੰਟ ਚ ਆਇਆ ਮੈਂ ਦੇਖੋ ਅੱਜ ਫਿਰ ਤੋਂ